ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ ਪੱਲਾ ਸਿਮਰਜੀਤ ਸਿੰਘ ਮੈਂ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਦੇ ਉੱਤੇ ਬਲਤਕਾਰ ਦਾ ਮਾਮਲਾ ਚੱਲ ਰਿਹਾ ਸੀਗਾ ਅਤੇ ਕੋਰਟ ਦੇ ਵਿੱਚ ਆਰਗੂਮੈਂਟਸ ਹੋਏ ਸੀਗੇ ਬੇਲ ਐਪਲੀਕੇਸ਼ਨ ਦੇ ਉੱਤੇ ਅਤੇ ਅਦਾਲਤ ਨੇ ਫੈਸਲਾ ਜਿਹੜਾ ਉਹ ਰਿਜ਼ਰਵ ਰੱਖ ਲਿਆ ਸੀਗਾ ਪਰ ਉਸ ਦਾ ਹੁਣ ਆਰਡਰ ਕੋਰਟ ਦਾ ਆਰਡਰ ਜਿਹੜਾ ਉਹ ਜਾਰੀ ਹੋ ਗਿਆ ਅਤੇ ਸਿਮਰਜੀਤ ਸਿੰਘ ਬੈਂਸ ਦੀ ਬੇਲ ਐਪਲੀਕੇਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਰੇਪ ਦੇ ਮਾਮਲੇ ਦੇ ਵਿੱਚ ਵੀ ਭਗੌੜਾ ਕਰਾਰ ਕਰ ਦਿੱਤਾ ਗਿਆ ਯਾਨੀ ਪੀਓ ਡਿਕਲੇਅਰ ਕਰ ਦਿੱਤਾ ਗਿਆ ਤਾਂ ਲਗਾਤਾਰ ਇਹ ਮਾਮਲਾ ਜਿਹੜਾ ਉਹ ਭਖਦਾ ਜਾ ਰਿਹਾ ਸੀਗਾ ਬਲਤਕਾਰ ਵਾਲਾ ਮਾਮਲਾ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਜੋ ਲਗਾਤਾਰ ਚੱਲ ਰਿਹਾ ਰੇਪ ਪੀੜਤ ਮਹਿਲਾ ਵੀ ਲਗਾਤਾਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਬੈਠ ਰਹੀ ਹੈ ਕਰੀਬ ਕਰੀਬ ਇੱਕ ਸਾਲ ਹੋਣ ਵਾਲਾ ਜਦੋਂ ਤੋਂ ਲਗਾਤਾਰ ਉਹ ਮਹਿਲਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਬੈਠ ਰਹੀ ਹੈ ਅਤੇ ਕੱਲ੍ਹ ਜਿਹੜੀ ਬੇਲ ਐਪਲੀਕੇਸ਼ਨ ਉਹ ਰਿਜੈਕਟ ਹੋ ਗਈ ਆ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸਾਡੇ ਨਾਲ ਸੀਨੀਅਰ ਐਡਵੋਕੇਟ ਹਰੀਸ਼ ਰਾਏ ਟਾਂਡਾ ਜੀ ਮੌਜੂਦ ਨੇ ਫੋਨ ਲਾਈਨ 'ਤੇ ਗੱਲਬਾਤ ਕਰਦੇ ਹਾਂ ਟਾਂਡਾ ਜੀ ਕੀ ਹੁਣ ਇਸ ਕੇਸ ਦਾ ਅਪਡੇਟ ਕੀ ਹੈ ਕਹਿੰਦੇ ਬੇਲ ਐਪਲੀਕੇਸ਼ਨ ਰੱਦ ਕਰ ਦਿੱਤੀ ਇਸ ਮਾਮਲੇ 'ਚ ਵੀ ਪੀਓ ਡਿਕਲੇਅਰ ਕਰ ਦਿੱਤਾ ਗਿਆ ਮਰਜ਼ੀ ਕੋਈ ਸਿਆਸਤ ਦੇ ਵਿੱਚ ਤੇ ਪੈਸੇ ਦੇ ਨਸ਼ੇ ਦੇ ਵਿੱਚ ਚੂਰ ਚੂਰ ਹੋਵੇ ਪਰ ਆਖਰਕਾਰ ਕਾਨੂੰਨ ਗਿਰ ਲੈਂਦਾ ਜੀ ਮੈਂ ਤਾਂ ਸ਼ੁਰੂਆਤ ਦਾ ਕਹਿ ਰਿਹਾ ਸੀ ਜਦ ਵੀ ਕੰਪਲੇਂਟ ਦਿੱਤੀ ਹੋਈ ਸੀ ਇਹਨੂੰ ਆਖਰ ਭੁਗਤਣਾ ਪੈਣਾ ਜੀ ਹੁਣ ਸਿਚੁਏਸ਼ਨ ਇਹ ਹੈ ਕਿ ਕੋਰਟ ਮੇਰੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ ਹੈ ਜੀ ਬੀਇੰਗ ਨਾਟ ਮੇਨਟੇਨੇਬਲ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸੇਮ ਰਿਲੀਫ ਲਈ ਇਹਨਾਂ ਦੀ ਐਸਐਲਪੀ ਪੈਂਡਿੰਗ ਹੈ ਠੀਕ ਹੈ ਐਂਡ ਹਾਲੇ ਆਰਡਰ ਦੀ ਕਾਪੀ ਅਪਲੋਡ ਨਹੀਂ ਹੋਈ ਜੀ ਓਰਲ ਸੁਣਾਇਆ ਉਹਨਾਂ ਨੇ ਡਿਸਮਿਸਡ ਬੀਇੰਗ ਨਾਟ ਮੇਨਟੇਨੇਬਲ ਜੀ ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਾਫੀ ਲੰਬਾ ਚੌੜਾ ਆਰਡਰ ਹੋਣ ਦੀ ਸੰਭਾਵਨਾ ਹੈ ਕੱਲਾ ਇਸ ਗਰਾਊਂਡ ਤੇ ਡਿਸਮਿਸ ਨਹੀਂ ਹੋਈ ਜੀ ਤੇ ਨਾਲ ਹੀ ਦੂਸਰੇ ਕੇਸ ਦੇ ਵਿੱਚ ਜਿਹੜਾ ਲੋਅਰ ਕੋਰਟ ਦੇ ਵਿੱਚ ਚਲਾਨ ਸੀ ਉਹਦੇ ਜਨਾਂ ਨੂੰ ਸਾਰਿਆਂ ਜੀ ਮੁਰਦਾਂ ਦਾ ਦੋ ਪਹਿਲਾਂ ਦੇ ਭਰਾ ਹੈ ਬਸ ਜੀ ਹੋਰ ਹੈ ਵੈਰ ਤੋਂ ਕੁੱਲ 7 ਮੁਲਜ਼ਮ ਨੇ ਇਸ ਦੇ ਵਿੱਚ ਐਂ ਨਾਲ ਦੀ ਨਾਲ 174 ਇਹਦਾ ਕੇਸ ਰਜਿਸਟਰ ਕਰਨ ਦੇ ਆਦੇਸ਼ ਦਿੱਤੇ ਆ ਪੁਲਿਸ ਨੂੰ ਜੀ ਪ੍ਰਾਪਰਟੀ ਅਟੈਚ ਕਰਨ ਦੇ ਕੀਤੇ ਇਹਨਾਂ ਦੀ ਪ੍ਰਾਪਰਟੀ ਦੀ ਲਿਸਟ ਜਿਹੜੀ ਇਹਨਾਂ ਨੇ ਇਲੈਕਸ਼ਨ ਦੇ ਸਮੇਂ ਦੇ ਦਿੱਤੀ ਸੀ ਉਹ ਵੋਟਰ ਪ੍ਰੋਵਾਈਡ ਕਰਦੇ ਸੀ ਉਹ ਸਾਰੀ ਦਾ ਆਰਡਰ ਹੋ ਗਿਆ ਅਟੈਚ ਹੁੰਦਾ ਤੇ ਬਾਕੀ ਡਿਟੇਲਸ ਮੰਗੀਆਂ ਪੁਲਿਸ ਤੋਂ ਕੋਰਟ ਨੇ ਤੇ ਬਾਕੀ ਹੋ ਜਵਾਬ ਮਤਲਬ ਹੁਣ ਜਿਹੜਾ ਰੇਪ ਵਾਲਾ ਮਾਮਲਾ ਸੀਗਾ 7 ਕੁੱਲ ਮੁਲਜ਼ਮ ਸੀਗੇ 7 ਨੂੰ ਹੁਣ ਪੀਓ ਡਿਕਲੇਅਰ ਕਰ ਦਿੱਤਾ ਗਿਆ ਜੀ ਤੇ ਇਹ 173 ਇਹ ਵਾਲਾ ਜਿਹੜਾ ਤੁਸੀਂ ਮਾਮਲਾ ਕਹਿ ਰਹੇ ਹੋ ਇਹ ਮਾਮਲਾ ਕੀ ਹੈ ਜਿਹੜਾ ਆਦੇਸ਼ ਦਿੱਤੇ ਨੇ ਮਾਨਯੋਗ ਕੋਰਟ ਨੇ ਜਦ ਕੋਈ ਕੋਰਟ ਦੇ ਆਦੇਸ਼ ਤੇ ਨਹੀਂ ਆਉਂਦਾ ਜੀ ਆਈਪੀਸੀ ਚ ਪ੍ਰੋਵੀਜ਼ਨ ਹੈ ਕਿ ਉਹਦੇ ਤੇ ਕੇਸ ਰਜਿਸਟਰ ਹੋਣਾ ਚਾਹੀਦਾ ਜੀ 5 ਸਾਲ ਦੀ ਸਜ਼ਾ ਉਹ ਕੇਸ ਇੰਡੀਪੈਂਡੈਂਟ ਰਜਿਸਟਰ ਹੋ ਗਿਆ ਕੋਰਟ ਚ ਨਾ ਪੇਸ਼ ਹੋਣ ਕਰਕੇ ਅੱਛਾ ਉਹਨਾਂ ਨੂੰ ਨੌਲੇਜ ਹੈ ਸਭ ਕੁਝ ਹੈ ਉਹਦੇ ਬਾਵਜੂਦ ਪੇਸ਼ ਨਹੀਂ ਹੋ ਰਹੇ ਸੋ ਇਸ ਗੱਲ ਤੇ ਹੁਣ ਜੇ ਉਹ ਲਗਾਤਾਰ ਸਿਮਰਜੀਤ ਸਿੰਘ ਬੈਂਸ ਹੋ ਰਹੀ ਹੈ ਕਹਿੰਦੇ ਰਹਿੰਦੇ ਸੀਗੇ ਕਿ ਸਾਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੋਈ ਹੈ ਪਰ ਉਹਦਾ ਕੀ ਬਣਿਆ ਜੇਕਰ ਹੁਣ ਇਧਰੋਂ ਰੱਦ ਹੋ ਗਈ ਤਾਂ ਸੁਪਰੀਮ ਕੋਰਟ ਵਾਲੀ ਰਾਹਤ ਕੀ ਹੈ ਕੋਈ ਰਾਹਤ ਨਹੀਂ ਮਿਲੀ ਸੀ ਉੱਥੇ ਸੁਪਰੀਮ ਕੋਰਟ ਨੇ ਪਹਿਲੀ ਤਰੀਕ ਨੂੰ ਕੇਸ ਟੇਕ ਅਪ ਕੀਤਾ ਸੀ ਤੇ ਅਸੀਂ ਪੇਸ਼ ਹੋ ਗਏ ਸੀ ਜਦ ਅਸੀਂ ਪੱਖ ਦੱਸਿਆ ਜੀ ਉਹਨਾਂ ਨੇ 3 ਤਰੀਕ ਜਵਾਬ ਲਈ ਰੱਖ ਲਈ ਸੀ ਅਸੀਂ 3rd ਨੂੰ ਜਵਾਬ ਦਿੱਤਾ ਤੇ ਸਾਡੀ ਰਿਟ ਪਟੀਸ਼ਨ ਵੀ ਨਾਲ ਲੱਗੀ ਸੀ ਜਿਹੜੀ ਇਹਦੇ ਤੇ ਝੂਠੇ ਕੇਸ ਰਜਿਸਟਰ ਕਰਾਏ ਪਲੱਸ ਤੁਹਾਡੇ ਚੈਨਲ ਰਾਹੀਂ ਜਿਹੜੀ ਇਹਨਾਂ ਨੇ ਐਗਜ਼ਿਬਿਟ ਕੀਤੇ ਸੀ FIR ਉਹਦੇ ਤੇ ਪਰਮਜੀਤ ਨੂੰ ਤਾਂ ਡਰਾ ਲਿਆ ਤੇ ਉਹ ਕਿਉਂਕਿ ਸੰਕਟ ਖੜਾ ਸੀ ਪੂਰੇ ਹਿੰਦੁਸਤਾਨ ਤੋਂ ਪੁਲਿਸ ਨੇ ਕੇਸ ਰਜਿਸਟਰ ਕੀਤੇ ਹੋਏ ਸੀ ਉਹਦੇ ਕਰਕੇ ਅਸੀਂ ਹਾਈ ਸੁਪਰੀਮ ਕੋਰਟ ਦੇ ਵਿੱਚ ਰਿਟ ਲਗਾਈ ਸੀ ਸਾਡੀ ਰਿਟ ਤੇ ਵੀ ਪ੍ਰੋਟੈਕਸ਼ਨ ਦੇ ਦਿੱਤੀ ਤੇ ਇਹਨਾਂ ਨੂੰ 3 ਤਰੀਕ ਤੋਂ ਇੱਕ ਹਫ਼ਤੇ ਦੀ ਪ੍ਰੋਟੈਕਸ਼ਨ ਦਿੱਤੀ ਸੀ ਜਸਟ ਫੋਰ 1 ਵੀਕ ਜੀ ਪੰਜਾਬ ਸਰਕਾਰ ਨੂੰ ਕਿਹਾ ਸੀ ਉਹ ਡਾਇਰੈਕਸ਼ਨ ਦੇਣ ਦੇ ਨਾਲ ਇਹ ਵੀ ਦੱਸਣ ਕਿ ਕਿਉਂ ਪ੍ਰੋਟੈਕਸ਼ਨ ਨਹੀਂ ਦਿੱਤੀ ਜਾ ਰਹੀ ਇਸ ਲੇਡੀ ਉਹਦਾ ਅਸੀਂ ਜਵਾਬ ਦਿੱਤਾ ਪਰ ਉਹ ਕੋਰੋਨਾ ਦੇ ਚੱਕਰ 'ਚੋਂ ਕੇਸ ਮੁੜ ਕੇ ਟੇਕ ਅਪ ਨਹੀਂ ਹੋਇਆ ਕਿਉਂਕਿ ਸਾਡੀ ਤਾਂ ਅਰਜੈਂਸੀ ਨਹੀਂ ਸੀ ਬਿਲਕੁਲ ਇਹਨਾਂ ਦੀ ਅਰਜੈਂਸੀ ਸੀ ਉਹਨਾਂ ਆਉਣਾ ਚਾਹੀਦਾ ਸੀ ਇਹਨਾਂ ਨੇ ਪਰਪਸਫੁਲੀ ਨਹੀਂ ਲਾਇਆ ਮਚਲੇ ਹੋ ਕੇ ਬੈਠ ਰਹੀ ਹੈ ਕਿ ਹਫ਼ਤੇ ਦਾ ਹੋਇਆ ਸੀ ਹੁਣ ਕਿਹੜਾ ਕੋਈ ਹੱਥ ਲੱਗਾ ਜੀ ਕੋਰਟ ਨੇ ਉਹਨਾਂ ਅੱਗੇ ਪ੍ਰੋਸੀਡ ਕੀਤਾ ਹੁਣ ਇਹਨਾਂ ਨੂੰ ਕਾਲੀ ਪਊਗੀ ਹੁਣ ਦੇਖੋ ਉੱਥੇ ਕੇਸ ਕਢਵਾਉਂਦੇ ਆ ਜੋ ਕੇਸ ਵਾਪਸ ਲੈਂਦੇ ਅੱਗੇ ਹੁਣ ਕੀ ਤੁਹਾਨੂੰ ਲੱਗਦਾ ਅੱਗੇ ਕੀ ਹੁਣ ਕਾਰਵਾਈ ਹੋਏਗੀ ਹੁਣ ਪੀਓ ਡਿਕਲੇਅਰ ਦੂਜੇ ਮਾਮਲੇ ਦੇ ਵਿੱਚ ਵੀ ਹੋ ਗਏ ਪਹਿਲਾਂ ਇੱਕ ਕਰੋਨਾ ਵਾਲੇ ਮਾਮਲੇ ਦੇ ਵਿੱਚ ਪੀਓ ਡਿਕਲੇਅਰ ਹੋਏ ਸੀਗੇ ਪੁਲਿਸ ਨੂੰ ਬਹੁਤ ਪਹਿਲਾਂ ਫੜ ਲੈਣਾ ਚਾਹੀਦਾ ਸੀ ਹੁਣ ਮੇਰੀ ਜਾਣਕਾਰੀ ਸੈਟਰਡੇ ਨੂੰ ਇੱਕ ਰੇਡ ਮਾਰੀ ਹੈ ਇਹਨਾਂ ਦੇ ਜੀ ਇਹ ਕੰਧ ਟੱਪਕੇ ਭੱਜ ਗਿਆ ਬੈਂਡਰ ਚੋਂ ਅੱਛਾ ਇਹ ਇਸ ਦੀ ਜਾਣਕਾਰੀ ਤੁਹਾਨੂੰ ਕਿਹਨੇ ਦਿੱਤੀ ਹੈ ਅਗਲੀ ਤਰੀਕ ਹੁਣ ਕਦੋਂ ਕੋਰਟ ਨੇ ਪਾਈ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਤਾਂ ਇਸ ਸਮੇਂ ਸਾਡੇ ਨਾਲ ਵਕੀਲ ਹਰੀਸ਼ ਰਾਏ ਟਾਂਡਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਬਲਤਕਾਰ ਦਾ ਮਾਮਲਾ ਸੀਗਾ ਉਸ ਦੇ ਵਿੱਚ ਜਿਹੜੇ 7 ਮੁਲਜ਼ਮ ਸੀਗੇ, ਲੋਅਰ ਕੋਰਟ ਨੇ ਉਹਨਾਂ ਨੂੰ 7 ਨੂੰ ਪੀਓ ਡਿਕਲੇਅਰ ਕਰ ਦਿੱਤਾ, ਅਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਜੋ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਆ ਉਹਨਾਂ ਦੇ ਸੂਤਰਾਂ ਦੇ ਆਧਾਰ 'ਤੇ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ, ਕਿਉਂਕਿ ਹਰੀਸ਼ ਰਾਏ ਟਾਂਡਾ ਹੋਰੀ ਕਹਿ ਰਹੇ ਨੇ ਕਿ ਪੁਲਿਸ ਨੇ ਸ਼ਨੀਵਾਰ ਨੂੰ ਕਿਤੇ ਰੇਡ ਵੀ ਮਾਰੀ ਹੈ ਅਤੇ ਉੱਥੋਂ ਸਿਮਰਜੀਤ ਸਿੰਘ ਬੈਂਸ ਚਲੇ ਵੀ ਗਏ ਨੇ। ਕਹਿਣਾ ਹਰੀਸ਼ ਰਾਏ ਟਾਂਡਾ ਦਾ, ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਪਰ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਤਾਂ ਵਧੇਰੇ ਅਪਡੇਟਸ ਸਾਨੂੰ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਲੁਧਿਆਣਾ ਟਾਈਮਸ।